ਮਾ ਹੁੰਦੀ ਹੈ ਅੱਜ ਸਾਰਾ ਪੰਜਾਬ ਗਰਮੀ ਵਿੱਚ ਚੁਲਸ ਰਿਹਾ ਹੈ ਅਤੇ ਉੱਤੋਂ ਸਰਕਾਰ ਅਤੇ ਪਾਵਰਕਾਮ ਵਾਲਿਆਂ ਦੀ ਧੱਕੇਸ਼ਾਹੀ ਇੰਨੀ ਕਿ ਜਦੋਂ ਜੀ ਕਰਦਾ ਹੈ ਬਿਜਲੀ ਨੂੰ ਕੈਂਚੀ ਮਾਰ ਲੈਂਦੇ ਨੇ ਨਾ ਦਿਨ ਵੇਲੇ ਘਰਾਂ ਵਿੱਚ ਸਮੇਂ ਅਨੁਸਾਰ ਬਿਜਲੀ ਮਿਲਦੀ ਹੈ ਅਤੇ ਨਾ ਹੀ ਰਾਤ ਵੇਲੇ ਪਿੰਡਾਂ ਵਿੱਚ ਤਾਂ ਹੋਰ ਵੀ ਮਾੜਾ ਹਾਲ ਹੈ ਜਿੱਥੇ ਲੋਕਾਂ ਨੂੰ ਬਹੁਤਾ ਸਮਾਂ ਬਿਜਲੀ ਤੋਂ ਬਿਨਾਂ ਹੀ ਗੁਜ਼ਾਰਨਾ ਪੈਂਦਾ ਹੈ ਇਸ ਅਤਿ ਦੀ ਗਰਮੀ ਵਿੱਚ ਅਤੇ ਬਿਜਲੀ ਦੇ ਸੰਕਟ ਵੇਲੇ ਇੱਕ ਪਿੰਡ ਦੇ ਕੁਝ ਲੋਕਾਂ ਨੇ ਅਜਿਹਾ ਜੁਗਾੜ ਬਣਾਇਆ ਹੈ ਕਿ ਆਪਣੇ ਲਈ ਹਵਾ ਦਾ ਬੰਦੋਬਸ ਕਰ ਲਿਆ ਹੈ ਇਸ ਅਨੋਖੀ ਕਾਰ ਨੂੰ ਸੋਸ਼ਲ ਸਾਈਟਸ ਤੇ ਦਿਖਾ ਕੇ ਹੋਰ ਲੋਕਾਂ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਵੀ ਆਪਣੀ ਕਿਸਮ ਦਾ ਦੇਸੀ ਪੱਖਾ ਤਿਆਰ ਕਰਕੇ ਹਵਾ ਦਾ ਆਨੰਦ ਲੈ ਸਕਣ ਅਤੇ ਗਰਮੀ ਤੋਂ ਰਾਹਤ ਪ੍ਰਾਪਤ ਕਰ ਸਕਣ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਅਜਹੀਆਂ ਕਾਡਾਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਅਜੇ ਨਾ ਤਾਂ ਗਰਮੀ ਜਾ ਰਹੀ ਹੈ ਤੇ ਨਾ ਹੀ ਪੂਰੀ ਬਿਜਲੀ ਆ ਰਹੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ